ਦੋਸਤੋ ਸਵਾਗਤ ਹੈ ਤੁਹਾਡਾ ਕ੍ਰੀਏਟਿਵ ਮਾਇੰਡ ਯੂਟਿਊਬ ਚੈਨਲ ਦੇ ਉੱਤੇ। ਕਾਫੀ ਸਮੇਂ ਤੋਂ ਮੈਂ ਦੇਖ ਰਿਹਾ ਸੀ ਕਿ ਯੂਟਿਊਬ ਚੈਨਲ ਦੇ ਉੱਪਰ ਕਾਫੀ ਯੂਟਿਊਬਰ ਵੀਡੀਓ ਅਪਲੋਡ ਕਰ ਰਹੇ ਹਨ ਜਿਹਦੇ ਵਿੱਚ ਕਹਿ ਰਹੇ ਹਨ ਕਿ ਪੰਜਾਬ ਪੁਲਿਸ ਦੇ ਵਿੱਚ ਵੈਕੈਂਸੀਜ਼ ਨੇ, ਵੈਕੈਂਸੀਜ਼ ਲਈ ਤੁਸੀਂ ਫਿਲ ਕਰ ਸਕਦੇ ਹੋ, ਪਰਫੋਰਮਾ ਉਹਨਾਂ ਨੇ ਦਿੱਤਾ ਹੈ ਨਾਲ ਦੀ ਨਾਲ। ਤਾਂ ਦੇਖਾਂਗੇ ਉਹਦੇ ਬਾਰੇ ਕੀ ਸੱਚਾਈ ਹੈ। ਮੈਂ ਪੰਜਾਬ ਜੋ ਪੁਲਿਸ ਦੀ ਆਪਣੀ ਓਫੀਸ਼ੀਅਲ ਵੈਬਸਾਈਟ ਹੈ, ਤੁਸੀਂ ਚੈੱਕ ਕਰ ਸਕਦੇ ਹੋ, ਮੈਂ ਇਸ ਦਾ ਜੋ ਲਿੰਕ ਹੈ ਉਹ ਡਿਸਕ੍ਰਿਪਸ਼ਨ ਵਿੱਚ ਵੀ ਦੇ ਦੇਵਾਂਗਾ। ਪੰਜਾਬ ਜੋ ਆਪਣੀ ਪੁਲਿਸ ਹੈ, ਪੰਜਾਬ ਪੁਲਿਸ ਦੀ ਜੋ ਓਫੀਸ਼ੀਅਲ ਵੈਬਸਾਈਟ ਹੈ ਉਹਦੇ ਉੱਪਰ ਹਾਂ, ਪੰਜਾਬ ਪੁਲਿਸ ਦੀ ਓਫੀਸ਼ੀਅਲ ਵੈਬਸਾਈਟ ਦੇ ਉੱਪਰ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਥੱਲੇ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਰਿਕਿਊਟਮੈਂਟ ਇੰਡਕਸ਼ਨ ਆਫ ਦੀ ਪੁਲਿਸ ਆਫੀਸਰ ਸੈਂਟਰਲ ਆਰਮਡ ਪੁਲਿਸ ਫੋਰਸ ਐਂਡ ਸਟੇਟ ਪੁਲਿਸ ਇੰਟੂ ਅ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ SPU ਆਫ ਪੰਜਾਬ ਪੁਲਿਸ। ਤਾਂ ਲਾਸਟ ਡੇਟ ਵੀ ਦਿੱਤੀ ਹੋਈ ਉਹਨੇ 23 September 2019। ਤਾਂ ਥੱਲੇ ਆਪਾਂ ਦੇਖ ਸਕਦੇ ਹਾਂ ਡਿਟੇਲ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਰਿਕਿਊਟਮੈਂਟ ਪਰਫੋਰਮਾ। ਤਾਂ ਇਹਦੇ 'ਤੇ ਆਪਾਂ ਜਦੋਂ ਕਲਿੱਕ ਕਰਦੇ ਹਾਂ ਤਾਂ ਇੱਕ PDF ਜੋ ਉਹਨਾਂ ਨੇ ਅਪਲੋਡ ਕੀਤੀ ਹੋਈ ਹੈ ਉਹਨੂੰ ਆਪਾਂ ਡਾਊਨਲੋਡ ਕਰ ਲੈਂਦੇ ਹਾਂ। ਡਾਊਨਲੋਡ ਕਰਨ ਤੋਂ ਬਾਅਦ ਚੈੱਕ ਕਰਾਂਗੇ ਕਿ ਕੀ ਕ੍ਰਾਈਟੀਰੀਆ ਹੈ, ਕੀ ਆਪਾਂ ਇਹਦੇ ਲਈ ਐਲੀਜੀਬਲ ਹਾਂ, ਕੀ ਆਪਾਂ ਅਪਲਾਈ ਕਰ ਸਕਦੇ ਹਾਂ ਜਾਂ ਨਹੀਂ ਅਪਲਾਈ ਕਰ ਸਕਦੇ, ਤਾਂ ਇਹ ਕੀ ਚੀਜ਼ ਹੈ। ਤਾਂ ਡਾਊਨਲੋਡ ਹੋਣ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ, ਜਿੱਦਾਂ ਕਿ ਡਾਊਨਲੋਡ ਹੋ ਗਿਆ ਹੈ ਉਸ ਦੇ ਵਿੱਚ ਆਪਾਂ ਦੇਖ ਪਾਵਾਂਗੇ ਕਿ ਇੰਡਕਸ਼ਨ ਆਫ ਦੀ ਪੁਲਿਸ ਆਫੀਸਰ ਸੈਂਟਰ ਆਰਮਡ ਪੁਲਿਸ ਫੋਰਸ ਐਂਡ ਆ ਸਟੇਟ ਪੁਲਿਸ ਇੰਟੂ ਆ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ SPU ਆਫ ਆ ਪੰਜਾਬ ਪੁਲਿਸ। ਤਾਂ ਇਹਦੇ ਵਿੱਚ ਇਹਨਾਂ ਨੇ ਇੱਕ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਬਣਾਉਣੀ ਆ। ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦਾ ਮਤਲਬ ਹੁੰਦਾ ਕਿਸੇ ਮੰਤਰੀ ਦੇ ਲਈ ਜਾਂ ਕੋਈ VIP ਬੰਦਾ ਵਾ, ਉਸਨੂੰ ਜੋ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾਣੀ ਆ ਉਹ ਇੱਕ ਯੂਨਿਟ ਬਣਾਉਣੀ ਆ। ਉਹਦੇ ਵਿੱਚ ਜੋ ਬੰਦੇ ਰੱਖਣੇ ਉਹਨਾਂ ਨੇ, ਜੋ ਵੈਕੈਂਸੀਜ਼ ਆ ਉਹਦੇ ਬਾਰੇ ਗੱਲ ਕੀਤੀ ਹੋਈ ਆ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਾਂਗੇ ਕਿ ਅਪਲਾਈ ਕਰ ਸਕਦੇ ਹਾਂ ਜਾਂ ਨਹੀਂ, ਕਿਉਂਕਿ ਜ਼ਿਆਦਾ ਟਾਈਮ ਵੇਸਟ ਕਰਨ ਦੀ ਲੋੜ ਨਹੀਂ। ਜੇਕਰ ਆਪਾਂ ਅਪਲਾਈ ਨਹੀਂ ਕਰ ਸਕਦੇ ਫਿਰ ਕੀ ਫਾਇਦਾ ਇਹਨੂੰ ਦੇਖਣ ਦਾ। ਤਾਂ ਜੋ ਵੀ ਡੇਟ ਹੈ, ਜੋ ਉਹਨਾਂ ਨੇ ਕਿਹਾ ਹੈ ਕਿ ਅਸੀਂ ਇੰਟਰਵਿਊ ਲਵਾਂਗੇ, ਇੰਟਰਵਿਊ ਲੈਣ ਤੋਂ ਬਾਅਦ ਹੀ ਅਸੀਂ ਉਹ ਬੰਦਾ ਸਿਲੈਕਟ ਕਰ ਲਾਂਗੇ। ਤਾਂ ਜੋ ਪੋਸਟਾਂ ਵਾ, ਜੋ ਪੋਸਟ ਬਾਰੇ ਇੱਥੇ ਲਿਖਿਆ ਹੋਇਆ ਵੇ ਕਿਹੜੀ ਕਿਹੜੀ ਪੋਸਟ ਆ, ਕਲੋਜ਼ ਪ੍ਰੋਟੈਕਸ਼ਨ ਆਫਿਸਰ ਆ, ਟੈਕਨੀਕਲ ਆਫਿਸਰ ਆ, ਟ੍ਰੇਨਰ ਆ, ਡਰਾਈਵਰ ਆ, ਵਾਇਰਲੈਸ ਓਪਰੇਟਰ ਆ, ਆਰਮਰਸ ਆ ਅਤੇ ਡੋਗ ਹੈਂਡਲਰਸ ਆ, ਠੀਕ ਆ, ਟੈਕਨੀਸ਼ੀਅਨ ਉਹਦੇ ਵਿੱਚ ਆ ਜਾਂਦੇ। ਐਲੀਜੀਬਿਲਟੀ ਕ੍ਰਾਈਟੀਰੀਆ ਦੇ ਵਿੱਚ ਦੇਖਦੇ ਹਾਂ ਕਿ ਪਹਿਲਾਂ ਐਲੀਜੀਬਿਲਟੀ ਕ੍ਰਾਈਟੀਰੀਆ ਹੀ ਚੈੱਕ ਕਰ ਲੈਂਦੇ ਹਾਂ। ਜ਼ਿਆਦਾਤਰ ਜਿਹੜੇ ਯੂਟਿਊਬਰ ਉਹਨਾਂ ਨੇ ਕਲੀਅਰ ਨਹੀਂ ਕੀਤਾ ਕਿ ਐਲੀਜੀਬਿਲਟੀ ਕ੍ਰਾਈਟੀਰੀਆ ਕੀ ਹੈ, ਕੌਣ ਅਪਲਾਈ ਕਰ ਸਕਦਾ ਹੈ। ਐਟਲੀਸਟ 5 years ਆਫ ਅ ਟੈਨਿਓਰ ਇਨ ਅ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਆਫ ਅ ਕੈਬਨਿਟ ਸੈਕਟਰੀਏਟ ਗੌਰਮੈਂਟ ਆਫ ਇੰਡੀਆ। ਤਾਂ ਜੇ ਲਾਈਨ ਨੂੰ ਆਪਾਂ ਧਿਆਨ ਨਾਲ ਦੇਖੀਏ ਤਾਂ ਉਹਦੇ ਵਿੱਚ ਉਹਨਾਂ ਨੇ ਸਿੰਪਲ ਲਿਖ ਦਿੱਤਾ ਹੈ ਕਿ 5 years ਦਾ ਘੱਟੋ ਘੱਟ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਵਾ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਆਫ ਅ ਕੈਬਨਿਟ ਸੈਕਟਰੀਏਟ। ਮਤਲਬ ਜਿਹੜੇ ਕੈਬਨਿਟ ਦੇ ਮੰਤਰੀ ਹੁੰਦੇ ਆ ਉਹਨਾਂ ਦੀ ਸਿਕਿਉਰਿਟੀ ਵਾਸਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਬਣਾਇਆ ਜਾਂਦਾ ਵਾ। ਤਾਂ ਉਹ ਜਿਹੜਾ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਹੁੰਦਾ ਵਾ ਉਹਦੇ ਵਿੱਚ ਘੱਟੋ ਘੱਟ ਤੁਹਾਨੂੰ 5 years ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਤਾਂ ਆਮ ਬੰਦਾ ਤਾਂ ਅਪਲਾਈ ਕਰ ਹੀ ਨਹੀਂ ਸਕਦਾ ਇਸ ਪੋਸਟ ਨੂੰ, ਕਿਉਂਕਿ ਜੋ ਨੋਰਮਲ ਆ, ਜੋ ਫਰੈਸ਼ਰ ਆ, ਜਿਹਨੇ ਕਦੇ ਜੋਬ ਹੀ ਨਹੀਂ ਕੀਤੀ ਉਹਦੇ ਕੋਲ ਤਾਂ ਐਕਸਪੀਰੀਅੰਸ ਹੀ ਨਹੀਂ ਗਾ। ਮਤਲਬ ਜਿਵੇਂ ਕੈਬਨਿਟ ਦੇ ਮੰਤਰੀ ਹੁੰਦੇ ਆ, ਆਪਣੇ ਪਾਰਲੀਮੈਂਟ ਦੇ ਮੰਤਰੀ ਹੁੰਦੇ ਆ, ਕੈਬਨਿਟ ਮੰਤਰੀ, ਉਹਨਾਂ ਦੀ ਜੋ ਸਿਕਿਉਰਿਟੀ ਦੇ ਲਈ ਬੰਦੇ ਰੱਖੇ ਜਾਂਦੇ ਆ 5 years ਦੇ ਲਈ ਜਾਂ 10 years ਦੇ ਲਈ, ਜਿੰਨੇ ਟਾਈਮ ਦੇ ਲਈ ਵੀ, ਤਾਂ ਉਹ ਬੰਦੇ ਹੀ ਇਹਦੇ ਵਿੱਚ ਫੋਰਮ ਨੂੰ ਫਿਲ ਕਰ ਸਕਦੇ ਆ। ਦੂਸਰਾ ਬੰਦਾ ਫੋਰਮ ਨੂੰ ਫਿਲ ਨਹੀਂ ਕਰ ਸਕਦਾ, ਕਿਉਂਕਿ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਵਾ ਘੱਟੋ ਘੱਟ 5 years ਦਾ, ਉਹ ਵੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਆਫ ਆ ਕੈਬਨਿਟ ਸੈਕਟਰੀਏਟ ਦੇ ਵਿੱਚ, ਠੀਕ ਆ, ਗੌਰਮੈਂਟ ਆਫ ਇੰਡੀਆ, ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ। ਨੋਰਮਲ ਬੰਦਾ ਟਾਈਮ ਵੇਸਟ ਕਰਨ ਦੀ ਲੋੜ ਨਹੀਂ। ਪਰਫੋਰਮੇ ਦੇ ਵਿੱਚ ਵੀ ਜੇਕਰ ਤੁਸੀਂ ਜਾਓਗੇ ਤਾਂ ਪਰਫੋਰਮੇ ਦੇ ਵਿੱਚ ਵੀ ਡਾਇਰੈਕਟਲੀ ਲਿਖਿਆ ਹੋਇਆ ਜਿਹਦੇ ਵਿੱਚ ਤੁਸੀਂ ਅਪਲਾਈ ਕਰਨਾ ਹੈ, ਉਹਦੇ ਵਿੱਚ ਤੁਹਾਡੇ ਬਾਰੇ ਜ਼ਿਆਦਾ ਤੁਹਾਡੀ ਡਿਟੇਲਸ ਨਹੀਂ ਮੰਗੀ ਗਈ। ਦੇਖੋ ਇੰਨੀ ਘੱਟ ਡਿਟੇਲ, ਪਲੱਸ ਉਹਨਾਂ ਨੇ ਸਰ ਕੋਈ ਪੇਪਰ ਨਹੀਂ ਲੈਣਾ, ਸਿਰਫ ਇੰਟਰਵਿਊ ਬੇਸ 'ਤੇ ਸਿਲੈਕਟ ਕਰਨਾ। ਅਤੇ ਜੇ ਅਸੀਂ ਦੇਖੀਏ ਵੀ ਤਾਂ ਇੱਥੇ ਜਾ ਕੇ ਚੈੱਕ ਕਰਦੇ ਆਪਾਂ ਪਰਫੋਰਮੈਂਸ ਦੇ ਵਿੱਚ ਉਹਨੇ ਲਿਖਿਆ ਹੋਇਆ ਹੈ ਕਿ ਡੈਜ਼ੀਗਨੇਸ਼ਨ। ਡੈਜ਼ੀਗਨੇਸ਼ਨ ਦਾ ਮਤਲਬ ਕਿ ਤੁਸੀਂ ਕਿਹੜੀ ਪੋਸਟ 'ਤੇ ਕੰਮ ਕਰ ਰਹੇ ਹੋ ਜਾਂ ਕਿਹੜੀ ਪੋਸਟ 'ਤੇ ਕੰਮ ਕਰਦੇ ਸੀ, ਉਸ ਦਾ ਅੱਗੇ ਸਬਸਟੈਂਟਿਵ ਰੈਂਕ ਕਿਹੜਾ ਵਾ, ਠੀਕ ਆ, ਤਾਂ ਕਿਹੜੀ ਔਰਗੇਨਾਈਜੇਸ਼ਨ, ਪੇਰੈਂਟ ਔਰਗੇਨਾਈਜੇਸ਼ਨ ਵਿਦ ਪ੍ਰੈਜੈਂਟ ਪਲੇਸ ਔਫ ਪੋਸਟਿੰਗ। ਤਾਂ ਸਾਰਾ ਕੁਛ ਉਹਨਾਂ ਨੇ ਪੁੱਛਿਆ ਕਿ ਕਿਹੜੀ ਪੋਸਟ 'ਤੇ ਕੰਮ ਕਰ ਰਹੇ ਹੋ, ਕਿਹੜਾ ਤੁਹਾਡਾ ਰੈਂਕ ਹੈ। ਤਾਂ ਜਿਹੜੇ ਬੰਦੇ ਨੇ ਕਦੇ ਅਪਲਾਈ ਨਹੀਂ ਕੀਤਾ ਤਾਂ ਉਹਦਾ ਕੋਈ ਨਾ ਤਾਂ ਡੈਜ਼ੀਗਨੇਸ਼ਨ ਹੈ, ਨਾ ਉਹਦਾ ਕੋਈ ਰੈਂਕ ਹੈ। ਤਾਂ ਸਿੰਪਲ ਜੀ ਇਹ ਗੱਲ ਹੈ, ਕਾਫੀ ਬੱਚਿਆਂ ਨੂੰ ਇਹ ਕਲੀਅਰ ਨਹੀਂ ਹੋਈ, ਉਹ ਪੁੱਛ ਰਹੇ ਸੀ ਕਿੱਦਾਂ ਅਸੀਂ ਫੋਰਮ ਨੂੰ ਫਿਲ ਕਰੀਏ, ਕਿੱਦਾਂ ਪੁਲਿਸ ਦੇ ਵਿੱਚ ਇਹ ਅਪਲਾਈ ਕਰ ਸਕਦੇ ਹਾਂ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਕਿ ਅਪਲਾਈ ਨਹੀਂ ਕਰ ਸਕਦੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ, ਜੋ ਵੀ ਸੱਚਾਈ ਹੁੰਦੀ ਹੈ, ਜੋ ਸੱਚ ਵੀਡੀਓ ਹੁੰਦੀ ਹੈ, ਜੇਕਰ ਪੋਸਟ ਕੋਈ ਆਵੇਗੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਯੂਟਿਊਬ ਚੈਨਲ ਦੇ ਉੱਪਰ ਮਿਲੇਗੀ। ਜਿੱਦਾਂ ਵੀ ਕੋਈ ਪੋਸਟ ਆਉਂਦੀ ਹੈ ਉਸਨੂੰ ਫੋਰਮ ਨੂੰ ਕਿੱਦਾਂ ਫਿਲ ਕਰਨਾ, ਸਾਰੀ ਡਿਟੇਲ ਵੀ ਨਾਲ ਦੀ ਨਾਲ ਤੁਹਾਨੂੰ ਦੱਸਾਂਗਾ। ਮੋਬਾਈਲ ਦੇ ਉੱਪਰ ਤੁਸੀਂ ਆਪਣੇ ਦੇ ਫੋਰਮ ਨੂੰ ਫਿਲ ਕਰ ਸਕਦੇ ਹੋ ਜਦ ਵੀ ਕੋਈ ਪੋਸਟ ਆਵੇਗੀ। ਤਾਂ ਵੀਡੀਓ ਨੂੰ ਚੰਗੀ ਲੱਗੀ ਹੈ ਤਾਂ ਆਪਣੇ ਦੋਸਤਾਂ ਨਾਲ ਇਸ ਨੂੰ ਸ਼ੇਅਰ ਜ਼ਰੂਰ ਕਰਿਓ।
मेरे चैनल सबसक्राइब जरूर करो, नाल दी नाल जो घंटी का बटन है उस पर भी क्लिक कर दिओ, क्योंकि जब भी कोई मैं वीडियो अपलोड कराँगा तो नोटिफिकेशन मिल जाऊगा। जेकर तुहाडे मन में कोई भी प्रॉब्लम है, तुहानू कुछ समझ नहीं लग्या, तुसीं कमेंट बॉक्स में जाके टाइप भी कर सकते हो, मैं उस वे तुहाडा जवाब जरूर देवांगा, हो सकिया तां वीडियो बनावांगा। वीडियो देखने लई तुहाडा सारिआं दा बहुत बहुत धन्यवाद।